ਛਤਿ ਸ਼ਰੀ ਕਲਸ਼ਰ ਵਿਦਿਆਥੀਆਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਪ੍ਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਅਸੀਂ ਸਵਿਫਟ ਦਾ ਬਹੁਤ ਹੀ ਮਹੱਤਵਪੂਰਨ ਟਾਪਿਕ ਕਰਨ ਜਾ ਰਹੇ ਹਾਂ ਜਿਹਦਾ ਨਾਂਵੇਂ ਨਾਗਰਿਕਤਾ ਜਾਂ ਸਿਟੀਜ਼ਨਸ਼ਿਪ ਇਸ ਵੀਡੀਓ ਦੇ ਵਿੱਚ ਆਪਾਂ ਨਾਗਰਿਕਤਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਕਿਵੇਂ ਆਪਾਂ ਜਿਹੜੀ ਨਾਗਰਿਕਤਾ ਦੀ ਜਿਹੜੀ ਸਮਾਪਤੀ ਹੋ ਜਾਂਦੀ ਆ ਤੇ ਨਾਗਰਿਕਤਾ ਨਾਲ ਸੰਬੰਧਤ ਆਪਾਂ ਜਿਹੜੇ ਸੋਧਾਂ ਹੋਈਆਂ ਨੇ ਉਸ ਤੇ ਬਾਰੇ ਗੱਲ ਕਰਾਂਗੇ ਤਾਂ ਵੀਡੀਓ ਸਟਾਰਟ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਅਕੈਰੀ ਨਾਗਰਿਕਤਾ ਦੀ ਵਿਵਸਥਾ ਕੀਤੀ ਗਈ ਆ ਜਿਹੜੀ ਕਿ ਇੰਗਲੈਂਡ ਦੇ ਸੰਵਿਧਾਨ ਤੋਂ ਲਈ ਗਈ ਆ ਭਾਰਤੀ ਸੰਵਿਧਾਨ ਦੇ ਵਿੱਚ ਇਹ ਆਰਟੀਕਲਾਂ ਦੀ ਗੱਲ ਕਰੀਏ ਤਾਂ 5 ਤੋਂ ਲੈ ਕੇ 11 ਆਰਟੀਕਲ ਨੇ ਜਿਹੜੇ ਉਹ ਨਾਗਰਿਕਤਾ ਨਾਲ ਸੰਬੰਧਿਤ ਨੇ ਭਾਰਤ ਦੇ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਨਾਗਰਿਕ ਹੁੰਦੇ ਨੇ ਇੱਕ ਹੁੰਦੇ ਨੇ ਭਾਰਤੀ ਨਾਗਰਿਕ ਤੇ ਦੂਜੇ ਹੁੰਦੇ ਨੇ ਵਿਦੇਸ਼ੀ ਨਾਗਰਿਕ ਭਾਰਤੀ ਨਾਗਰਿਕ ਉਹ ਹੁੰਦੇ ਨੇ ਜਿਹੜੇ ਕਿ ਭਾਰਤ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਅਧਿਕਾਰ ਨੇ ਜਿਹੜੇ ਉਹ ਪ੍ਰਾਪਤ ਨੇਗੇ ਵਦੇਸ਼ੀ ਨਾਗਰਿਕਾਂ ਦੇ ਵਿੱਚ ਦੋ ਕਿਸਮ ਆ ਜਾਂਦੀਆਂ ਨੇ ਵਿਦੇਸ਼ੀ ਮਿੱਤਰ ਅਤੇ ਵਿਦੇਸ਼ੀ ਦੁਸ਼ਮਣ ਵਿਦੇਸ਼ੀ ਮਿੱਤਰ ਹੁੰਦੇ ਨੇ ਜਿਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਦੇ ਜਿਹੜੇ ਮਿੱਤਰਤਾਪੂਰਵ ਸੰਬੰਧ ਕਾਇਮ ਕੀਤੇ ਹੁੰਦੇ ਨੇ ਜਿਵੇਂ ਕਿ ਕਿਸੇ ਦੇਸ਼ ਦਾ ਜਿਹੜਾ ਰਾਜਦੂਤਾ ਉਹ ਭਾਰਤ ਦੇ ਵਿੱਚ ਆ ਕੇ ਕੰਮ ਕਰਦਾਗਾ ਤਾਂ ਉਸ ਨੂੰ ਆਪਾਂ ਵਿਦੇਸ਼ੀ ਮਿੱਤਰ ਕਹਿੰਦੇ ਹਾਂਗੇ ਵਿਦੇਸ਼ੀ ਦੁਸ਼ਮਣ ਆਪਾਂ ਉਹਨੂੰ ਕਹਿੰਦੇ ਹਾਂ ਜਿਵੇਂ ਕਿਸੇ ਹੋਰ ਦੇਸ਼ ਦਾ ਜਿਹੜਾ ਨਾਗਰਿਕ ਆ ਭਾਰਤ ਦੇ ਵਿੱਚ ਜਸੂਸੀ ਕਰਦਾ ਜਿਹੜਾ ਫੜਿਆ ਜਾਵੇ ਅੱਗੇ ਦੇਖ ਲੈਣੇ ਆਪਾਂ ਉਨਸੀਦ ਆਰਟੀਕਲ 5 ਤੋਂ ਲੈ ਕੇ 11 ਤੱਕ ਉਨਸੀਦ 5 ਜਿਸ ਦੇ ਅਨਸਾਰ ਕਿਹਾ ਗਿਆ ਜਿਹੜੀ ਸਿਟੀਜਨਸ਼ਿਪ ਆ ਉਹ ਜਨਮਜਾਤ ਆਧਾਰਿਤ ਹੋਊਗੀ ਯਾਨੀ ਕਿ ਜਿਸ ਵਿਅਕਤੀ ਦਾ ਜਨਮ ਜਿਹੜਾ ਭਾਰਤ ਦੇ ਵਿੱਚ ਹੋਊਗਾ ਉਸ ਨੂੰ ਭਾਰਤ ਦਾ ਜਿਹੜਾ ਨਾਗਰਿਕ ਮੰਨ ਲਿਆ ਜਾਊਗਾ ਅਗਲਾ ਉਨਸੀਦ ਆ ਉਨਸੀਦ ਸੀ ਉਨਸੀਦ ਸੀ ਦੇ ਵਿੱਚ ਕਿਹਾ ਗਿਆ ਜੀ ਜਿਹੜੇ ਭਾਰਤੀ ਪਾਕਿਸਤਾਨ ਦੀ ਵੰਡ ਸਮੇਂ ਜਿਹੜੇ ਪਾਕਿਸਤਾਨ ਤੋਂ ਭਾਰਤ ਲੋਕ ਆਏ ਨੇਗੇ ਉਹਨਾਂ ਨੂੰ ਜਿਹੜੀ ਨਾਗਰਿਕਤਾ ਉਹ ਦਿੱਤੀ ਜਾਊਗੀ ਉੰਸ਼ੀ 7 ਜੋ ਲੋਕ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਜਿਹੜੇ ਪਾਕਿਸਤਾਨ ਚਲੇ ਗਏ ਉਹਨਾਂ ਦੀ ਜਿਹੜੀ ਨਾਗਰਿਕਤਾ ਹੋ ਗਈ ਉਹ ਖਤਮ ਹੋ ਗਈ। ਉੰਸ਼ੀ 8 ਦੇ ਵਿੱਚ ਕਿਹਾ ਗਿਆ ਕਿ 1947 ਤੋਂ ਪਹਿਲਾਂ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਭਾਰਤੀ ਨੇ ਉਹਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਊਗੀ। ਜਦੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਲੜਿਆ ਗਿਆ ਸੀ ਤਾਂ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਅਮਰੀਕਾ, ਕੈਨੇਡਾ ਅਤੇ ਬੱਖ-ਵੱਖ ਦੇਸ਼ਾਂ ਦੇ ਵਿੱਚ ਜਾ ਵਸੇ ਸੀ। ਯਾਨੀ ਕਿ ਸੁਤੰਤਰਤਾ ਸੰਗਰਾਮੀ ਸੀ ਉਹਨਾਂ ਨੂੰ ਵੀ ਜਿਹੜੀ ਭਾਰਤੀ ਨਾਗਰਿਕਤਾ ਉਹ ਦਿੱਤੀ ਜਾਊਗੀ। ਅਗਿਆ ਉਚੇਦ 9 ਇਸ ਦੇ ਵਿੱਚ ਕਿਹਾ ਗਿਆ ਜੇ ਕੋਈ ਵਿਅਕਤੀ ਦੂਜੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਦਾ ਹੈ ਤਾਂ ਉਸ ਦੀ ਭਾਰਤੀ ਜਿਹੜੀ ਨਾਗਰਿਕਤਾ ਉਹ ਰੱਦ ਕੀਤੀ ਜਾਊਗੀ ਅਗਿਆ ਉਚੇਦ 10 ਇਸ ਦੇ ਵਿੱਚ ਕਿਹਾ ਗਿਆ ਇਹ ਨਾਗਰਿਕਤਾ ਮਿਲਣ ਤੇ ਸਾਰੇ ਅਧਿਕਾਰ ਮਿਲਣਗੇ ਜਾਨਕੀ ਹਰੇਕ ਵਿਅਕਤੀ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਰਾਜਨੀਤਿਕ ਸਮਾਜਿਕ ਹਰੇਕ ਤਰ੍ਹਾਂ ਦੇ ਜਿਹੜੇ ਅਧਿਕਾਰ ਨੇ ਨਾਗਰਿਕਤਾ ਮਿਲਣ ਤੇ ਉਹ ਦਿੱਤੇ ਜਾਣਗੇ ਅਗਲਾ ਉਚੇਦ ਬਹੁਤ ਹੀ ਮਹੱਤਵਪੂਰਨਾ ਉਚੇਦ 11 ਇਸਤੇ ਅਧੀਨ ਜਿਹੜੀ ਸੋਸ ਨੂੰ ਸਾਤੀ ਦਿੱਤੀ ਗਈ ਆ ਸਭਧਾਨ ਦੇ ਵਿੱਚ ਸੋਧ ਕਰਨ ਦੀ ਇਹ ਧਿਆਨ ਦੇ ਵਿੱਚ ਰੱਖਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਇਹਨਾਂ ਅੰਸ਼ੇਦ ਦੇ ਹੋਣ ਨਾਲ ਹੀ ਜਿਹੜਾ ਨਾਗਰਿਕਤਾ ਜਿਹੜੀ ਉਹ ਪੂਰੀ ਨਹੀਂ ਹੁੰਦੀ ਸੀ ਭਾਰਤੀ ਸਰਕਾਰ ਨੂੰ ਇਹ ਅਹਿਸਾਸ ਹੋਇਆ ਕਿ ਸਾਨੂੰ ਇੱਕ ਤਰ੍ਹਾਂ ਦਾ ਇੱਕ ਹੋਰ ਐਕਟ ਹੈ ਜਿਹੜਾ ਪਾਸ ਕਰਨਾ ਚਾਹੀਦਾ ਜਿਸ ਦੇ ਅਨਸਾਰ ਸਾਨੂੰ ਇਹ ਪ੍ਰੋਪਰ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਭਾਰਤੀ ਨਾਗਰਿਕਤਾ ਉਹ ਹਾਸਲ ਕਰ ਸਕਦੇ ਹੋ ਇਸੇ ਤਿੱਕਰ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਭਾਰਤੀ ਨਾਗਰਿਕਤਾ ਐਕਟ 1955 ਜਿਹੜਾ ਉਹ ਪਾਸ ਕੀਤਾ ਗਿਆ। ਇਸ ਐਕਟ ਦੇ ਵਿੱਚ ਹੁਣ ਤੱਕ 6 ਵਾਰ ਜਿਹੜੀ ਸ਼ੋਧ ਕੀਤੀ ਗਈ ਆ 1986, 1992 ਦੇ ਵਿੱਚ 2003 ਦੇ ਵਿੱਚ 2005 ਅਤੇ 2015 ਅਤੇ 2019 ਦੇ ਵਿੱਚੋਂ। ਇਹ ਵਰਤਮਾਨ ਸ਼ੋਧ ਹੋਈ ਹੈ ਜਿਹੜੀ 2019 ਵਾਲੀ ਅੱਗੇ ਆਪਾਂ ਦੇਖਦੇ ਆ ਨਾਗਰਿਕਤਾ ਹਾਸਲ ਕਰਨ ਦੇ ਤਰੀਕੇ ਕਿਹੜੇ ਨੇਗੇ। ਪਹਿਲਾ ਹੈਗਾ ਜਨਮ ਆਧਾਰਿਤ ਨਾਗਰਿਕਤਾ। ਕੋਈ ਵੀ ਵਿਅਕਤੀ ਜਿਸ ਦਾ ਜਨਮ 26 ਜਨਵਰੀ 1950 ਤੋਂ ਬਾਅਦ ਭਾਰਤ ਦੇ ਵਿੱਚ ਹੋਇਆਗਾ ਉਸ ਨੂੰ ਭਾਰਤ ਦਾ ਜਿਹੜਾ ਨਾਗਰਿਕਾ ਮੰਨ ਲਿਆ ਜਾਊਗਾ ਇੱਥੇ ਇੱਕ ਗੱਲ ਧਿਆਨ ਦੇਣ ਦੀ ਲੋੜ ਹੈਗੀ ਜਿਹੜੇ ਵਿਦੇਸ਼ੀ ਰਾਜਦੂਤ ਨੇ ਜਿਹੜੇ ਹੋਰਾਂ ਦੇਸ਼ਾਂ ਦੇ ਰਾਜਦੂਤ ਨੇ ਉਹ ਭਾਰਤ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੀ ਉਹਨਾਂ ਦੀ ਬੱਚਿਆਂ ਨੂੰ ਨਾਗਰਿਕਤਾ ਜਿਹੜੀ ਉਹ ਪ੍ਰਾਪਤ ਕਰਨੀ ਪਾਊਗੀ ਜਾਨਕਿ ਉਹਨਾਂ ਨੂੰ ਜਨਮ ਆਧਾਰ ਤੇ ਜਿਹੜੀ ਨਾਗਰਿਕਤਾ ਉਹ ਨਹੀਂ ਦਿੱਤੀ ਜਾਊਗੀ ਉਸ ਤੋਂ ਬਾਅਦ ਜਨਮ ਅਧਾਰਤ ਇਸ ਤਰੀਕੇ ਦੇ ਵਿੱਚ ਸੋਧ ਕੀਤੀ ਗਈ ਨਾਗਰਿਕਤਾ ਸੋਸ਼ੋਧਨ ਐਕਟ 1986 ਦੁਆਰਾ ਪਹਿਲਾਂ ਕਿਸੇ ਕੋਈ ਵੀ ਵਿਅਕਤੀ ਜਾਨੀ ਕੋਈ ਵੀ ਕਿਸੇ ਵੀ ਦੇਸ਼ ਦਾ ਹੋ ਸਕਦਾ ਉਹਨੂੰ ਭਾਰਤੀ ਜਿਹੜੀ ਨਾਗਰਿਕਤਾ ਦਿੱਤੀ ਜਾਂਦੀ ਸੀ ਨਾਗਰਿਕਤਾ ਸੋਸ਼ੋਧਨ ਐਕਟ 1986 ਦੁਆਰਾ ਮਾਤਾ ਪਿਤਾ ਦੋਨਾਂ ਵਿੱਚੋਂ ਕਿਸੇ ਇੱਕ ਦਾ ਭਾਰਤੀ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਯਾਨੀ ਕਿ ਦੋਨਾਂ ਦੇ ਵਿੱਚੋਂ ਇੱਕ ਜਿਹੜਾ ਭਾਰਤੀ ਹੋਣਾ ਚਾਹੀਦਾ ਤਾਂ ਹੀ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਨਾਗਰਿਕਤਾ ਭਾਰਤੀ ਹੋ ਦਿੱਤੀ ਜਾਊਗੀ ਦੂਜਾ ਤਰੀਕਾ ਸੀ ਵੰਸ਼ ਦੇ ਆਧਾਰ ਤੇ ਨਾਗਰਿਕਤਾ ਇਸ ਦੇ ਵਿੱਚ ਕੀ ਸੀ ਭਾਰਤ ਦੇ ਬਾਹਰ ਕੋਈ ਭਾਰਤੀ ਜੋੜਾ ਯਾਨੀ ਕਿ ਕੋਈ ਵਿਅਕਤੀ ਹੈ ਜਿਹੜਾ ਉਹ ਆਪਣੀ ਪਤਨੀ ਨਾਲ ਬਾਹਰ ਘੁੰਮਣ ਗਿਆ ਉੱਥੇ ਉਹ ਇੱਕ ਬੱਚੇ ਨੂੰ ਜਨਮ ਦਿੰਦਾ ਹੈਗਾ ਤਾਂ ਜਿਹੜਾ ਉਹ ਬੱਚਾ ਹੋਊਗਾ ਉਹ ਭਾਰਤ ਦਾ ਨਾਗਰਿਕ ਹੋਊਗਾ ਇਸ ਦੇ ਵਿੱਚ ਵੀ ਸੋਧ ਕੀਤੀ ਗਈ ਸੀ ਨਾਗਰਿਕਤਾ ਸੋਧਨ ਐਕਟ 292 ਦੁਆਰਾ ਇਸਦੇ ਵਿੱਚ ਕਿਹਾ ਗਿਆ ਸੀ ਕਿ ਮਾਤਾ ਨਾਗਰਿਕਤਾ ਦੇ ਆਧਾਰ 'ਤੇ ਕਿਸੇ ਬੱਚੇ ਨੂੰ ਨਾਗਰਿਕਤਾ ਦਿੱਤੀ ਜਾਊਗੀ ਜਿਹੜੇ ਭਾਰਤੀ ਨੌਜਵਾਨ ਸੀ ਉਹ ਜ਼ਿਆਦਾਤਰ ਬਾਹਰ ਜਾ ਕੇ ਉੱਥੇ ਬਾਹਰ ਦੀਆਂ ਔਰਤਾਂ ਨਾਲ ਵਿਆਹ ਕਰ ਲੈਂਦੇ ਸੀ ਜਿਸ ਕਰਕੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਸੀ ਉਹ ਭਾਰਤ ਦੇ ਨਾਗਰਿਕ ਆਟੋਮੈਟਿਕਲੀ ਬਣ ਜਾਂਦੇ ਸੀ ਇਸ ਕਰਕੇ ਸੋਧ ਦੀ ਲੋੜ ਪਈ ਸੀ ਕਿ ਜਿਹੜੀ ਮਾਤਾ ਦੀ ਨਾਗਰਿਕਤਾ ਦੇ ਆਧਾਰ 'ਤੇ ਬੱਚੇ ਨੂੰ ਜਿਹੜੀ ਭਾਰਤੀ ਨਾਗਰਿਕਤਾ ਦਿੱਤੀ ਜਾਊਗੀ ਅਗਲਾ ਤਰੀਕਾ ਪੰਜੀਕਰਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨਾ ਜੇਕਰ ਕੋਈ ਵਿਦੇਸ਼ੀ ਵਿਅਕਤੀ ਹੈ ਜਿਹੜਾ ਭਾਰਤੀ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਤਾਂ ਉਸ ਨੂੰ 6 ਮਹੀਨੇ ਜਿਹੜਾ ਭਾਰਤ ਦੇ ਵਿੱਚ ਰਹਿਣਾ ਜ਼ਰੂਰੀ ਹੁੰਦਾਗਾ ਇਸ ਦੁਆਰਾ ਹੋਰ ਜਿਹੜਾ ਵਿਅਕਤੀ ਪ੍ਰਾਪਤ ਕਰ ਸਕਦਾ ਜਿਹੜਾ ਕਿ ਭਾਰਤ ਦੇ ਵਿੱਚ ਪੈਦਾ ਹੋਇਆ ਪਰ ਵਿਦੇਸ਼ ਵਿੱਚ ਜਾ ਕੇ ਬਸ ਗਿਆ ਜੇਕਰ ਉਹ ਚਾਹੇ ਤਾਂ ਭਾਰਤੀ ਨਾਗਰਿਕਤਾ ਦੁਆਰ ਤੋਂ ਹਾਸਲ ਕਰ ਸਕਦਾ ਪੰਜੀਕਰਨ ਦੁਆਰਾ ਅਜਿਹੀ ਮਹਿਲਾ ਜੋ ਭਾਰਤੀ ਵਿਅਕਤੀ ਨਾਲ ਵਿਆਹ ਕੀਤਾ ਹੋਵੇ ਉਸ ਦੇ ਜਿਹੜੇ ਬੱਚੇ ਨੇਗੇ ਜਾਂ ਉਸ ਪਤਨੀ ਨੂੰ ਵੀ ਭਾਰਤੀ ਜਿਹੜੀ ਨਾਗਰਿਕਤਾ ਦਿੱਤੀ ਜਾਊਗੀ ਪੰਜੀਕਰਨ ਦੁਆਰਾ ਅਗਲਾ ਤਰੀਕਾ ਦੇਸੀਕਰਨ ਦੁਆਰਾ ਨਾਗਰਿਕਤਾ ਪ੍ਰਾਪਤ ਯਾਨੀ ਕਿ ਕੋਈ ਵੀ ਜਿਹੜਾ ਵਿਦੇਸ਼ੀ ਵਿਅਕਤੀ ਹੈ ਉਹ 10 ਸਾਲ ਭਾਰਤ ਦੇ ਵਿੱਚ ਰਹਿੰਦਾਗਾ ਤਾਂ ਉਹ ਭਾਰਤ ਸਰਕਾਰ ਤੋਂ ਜਿਹੜਾ ਦੇਸੀਕਰਨ ਦਾ ਪ੍ਰਮਾਣ ਪੱਤਰ ਹਾਸਲ ਕਰਕੇ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਸਕਦਾਗਾ ਅਗਲਾ ਤਰੀਕਾ ਹੈਗਾ ਭਾਰਤ ਦੁਆਰਾ ਕਿਸੇ ਭੂਮੀ ਤੇ ਅਧਿਕਾਰ ਜੇਕਰ ਭਾਰਤ ਕਿਸੇ ਭੂਮੀ ਨੂੰ ਨਵੀਂ ਭੂਮੀ ਨੂੰ ਆਪਣੇ ਅਧਿਕਾਰੇ ਖੇਠਾਂ ਕਰਦਾਗਾ ਤਾਂ ਜਿਹੜੇ ਉਸ ਭੂਮੀ ਤੇ ਰਹਿੰਦੇ ਲੋਕ ਹੋਣਗੇ ਉਹ ਵੀ ਭਾਰਤੀ ਨਾਗਰਿਕ ਬਣ ਜਾਣਗੇ ਆਟੋਮੈਟਿਕਲੀ ਅੱਗੇ ਦੇਖਦੇ ਆਪਾਂ ਨਾਗਰਿਕਤਾ ਦੀ ਸਮਾਪਤੀ ਕਿਵੇਂ ਹੋ ਸਕਦੀ ਆ ਜੇਕਰ ਕੋਈ ਵਿਅਕਤੀ ਚਾਹੇ ਤਾਂ ਉਹ ਖੁਦ ਵੀ ਜਿਹੜੀ ਨਾਗਰਿਕਤਾ ਉਹ ਤਿਆਗ ਕਰ ਸਕਦਾਗਾ ਤੇ ਦੂਜਾ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਿਹੜੀ ਉਹ ਹਾਸਲ ਕਰ ਲੈਂਦਾਗਾ ਤਾਂ ਵੀ ਉਸ ਚੀਜ਼ ਦੀ ਜਿਹੜੀ ਨਾਗਰਿਕਤਾ ਉਹ ਰੱਦ ਹੋ ਜੂਗੀ ਤੀਜਾ ਕਾਰਨ ਸਰਕਾਰ ਦੁਆਰਾ ਨਾਗਰਿਕਤਾ ਰੱਦ ਜੇਕਰ ਸਰਕਾਰ ਨੂੰ ਲੱਗੇ ਕਿ ਇਸ ਵਿਅਕਤੀ ਨੇ ਜਿਹੜੀ ਨਾਗਰਿਕਤਾ ਦੀ ਉਹ ਗਲਤ ਤਰੀਕੇ ਨਾਲ ਪ੍ਰਾਪਤ ਕੀਤੀ ਹੈ ਤਾਂ ਵੀ ਭਾਰਤੀ ਸਰਕਾਰ ਆ ਜਿਹੜੀ ਉਹ ਵਿਅਕਤੀ ਦੀ ਨਾਗਰਿਕਤਾ ਜਿਹੜੀ ਰੱਦ ਕਰ ਸਕਦੀ ਆ ਅਗਲਾ ਨਾਗਰਿਕਤਾ ਸੁਸ਼ੋਧਨ ਐਕਟ 2003 ਇਸ ਦੀ ਜਿਹੜੀ ਸਪਾਰਸ਼ ਕੀਤੀ ਗਈ ਸੀ ਉਹ ਕੀਤੀ ਸੀ ਲక్ష్ਮੀ ਮੱਲ ਸਿੱਧਵੀ ਸਮਿਤੀ ਦੁਆਰਾ ਇਸ ਦੁਆਰਾ ਜਿਹੜੇ ਵਿਦੇਸ਼ ਵਿੱਚ ਵਸੇ ਮੂਲ ਭਾਰਤੀ ਜਾਨਕੀ ਜਿਹੜੇ ਪਹਿਲਾਂ ਭਾਰਤ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਸੀਮਿਤ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀਮਿਤ ਨਾਗਰਿਕਤਾ ਦੇ ਵਿੱਚ ਕੀ ਸੀ ਉਹ ਬਿਨਾਂ ਪਾਸਪੋਰਟ ਤੋਂ ਭਾਰਤ ਆ ਜਾ ਸਕਦੇ ਸੀ ਪਰ ਉਹਨਾਂ ਨੂੰ ਵੋਟ ਪਾਉਣ ਜਾਂ ਕਿਸੇ ਵੀ ਸਵਿਧਾਨਕ ਅਹੁਦੇ ਨੂੰ ਹਾਸਲ ਕਰਨ ਦੇ ਰੋਕ ਲਾਈ ਗਈ ਸੀ ਜਨਕੀ ਸੰਵਿਧਾਨਿਕ ਅਹੁਦਾ ਜਿਸ ਦਾ ਸੰਵਿਧਾਨ ਦੇ ਵਿੱਚ ਅਲੇਖ ਮਿਲਦਾ ਜਿਵੇਂ ਰਾਸ਼ਟਰਪਤੀ ਦਾ ਉਹਦਾ ਹੋ ਗਿਆ ਰਾਜਪਾਲ ਦਾ ਹੋ ਗਿਆ ਇਸ ਦੁਆਰਾ ওসিਆਈ ਕਾਰਡ ਜਿਹੜੇ ਸੀ ਜਾਰੀ ਕੀਤੇ ਗਏ ਇਸ ਐਕਟ ਦੁਆਰਾ ਓਵਰਸੀ ਸੀਟੀਜ਼ਨਸ਼ਿਪ ਆਫ ਇੰਡੀਆ ਜੋੜੀ ਨਾਗਰਿਕਤਾ ਦਿੱਤੀ ਗਈ ਇਸ ਦੇ ਵਿੱਚ ਜਿਹੜੇ 16 ਦੇ ਸੀਗੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਜਿ ਉਹਨਾਂ ਦੇ ਵਿੱਚ ਅਮਰੀਕਾ ਫਰਾਂਸ ਇੰਗਲੈਂਡ ਸਵਿਟਜ਼ਰਲੈਂਡ ਪੁਰਤਗਲ ਸਵੀਡਨ ਤੇ ਨਿਊਜ਼ੀਲੈਂਡ ਸ਼ਾਮਿਲ ਸੀਗੇ ਜਿਹੜੇ ਵਿਅਕਤੀ ਇਹਨਾਂ ਦੇਸ਼ਾਂ ਦੇ ਨਾਗਰਿਕ ਹੋਣਗੇ ਉਹ ਮੂਲ ਭਾਰਤੀ ਹੋਣੇ ਚਾਹੀਦੇ ਨੇ ਤੇ ਉਹ ਭਾਰਤੀ ਨਾਗਰਿਕਤਾ ਵੀ ਹਾਸਲ ਕਰ ਸਕਦੇ ਨੇ ਨੂੰ ওসিਆਈ ਕਾਰਡ ਆ ਜਿਹੜਾ ਉਹ ਦਿੱਤਾ ਜਾਊਗਾ। ਅਗਲਾ ਐਕਟ ਆ ਨਾਗਰਿਕਤਾ ਸੁੋਸ਼ੋਧਨ ਐਕਟ 2005 ਇਸ ਦੇ ਵਿੱਚ ਕਿਹਾ ਗਿਆ ਕੋਈ ਵੀ ਪ੍ਰਵਾਸੀ ਭਾਰਤੀ ਜਿਹੜਾ ਭਾਰਤ ਤੋਂ ਬਾਹਰ ਕੰਮ ਲਈ ਗਿਆ ਜੋ ਦੂਜੇ ਦੇਸ਼ਾਂ ਵਿੱਚ ਰਹਿ ਰਿਹਾ ਹੋਵੇ ਜਿੱਥੇ ਦੂਰੀ ਨਾਗਰਿਕਤਾ ਮਨਜ਼ੂਰ ਹੋਵੇ। ਯਾਨੀ ਕਿ ਉਹ ਜਿਹੇ ਦੇਸ਼ ਦੇ ਵਿੱਚ ਰਹਿੰਦਾ ਹੋਣਾ ਚਾਹੀਦਾਗਾ ਜਿੱਥੇ ਦੂਰੀ ਨਾਗਰਿਕਤਾ ਮਨਜ਼ੂਰ ਕੀਤੀ ਜਾਂਦੀ ਹੋਵੇ। ਉਸ ਨੂੰ OCI ਕਾਰਡ ਤਹਿਤ ਭਾਰਤ ਦਾ ਜਿਹੜਾ ਨਾਗਰਿਕਾ ਉਹ ਮੰਨ ਲਿਆ ਜਾਊ। ਇੱਥੇ ਇੱਕ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਆ ਕਿ ਇੱਥੇ ਕਿਹਾ ਗਿਆ ਸੀ ਬੰਗਲਾਦੇਸ਼ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੀ ਦੇਸ਼ ਦੇ ਵਿੱਚ ਗਿਆ ਪ੍ਰਵਾਸੀ ਭਾਰਤੀਆ ਉਹ OCI ਕਾਰਡ ਆ ਜਿਹੜਾ ਉਹ ਹਾਸਲ ਕਰ ਸਕਦਾ گا۔ ਉਸ ਤੋਂ ਬਾਅਦ ਆਇਆ ਸੀ ਨਾਗਰਿਕਤਾ ਸੁੋਸ਼ੋਧਨ ਐਕਟ 2015। ਇਸ ਦੇ ਵਿੱਚ OCI ਕਾਰਡ ਤੇ POI ਕਾਰਡ ਆ ਜਿਹੜਾ ਉਹ ਦਿੱਤਾ ਗਿਆ ਸੀ। POI ਕਾਰਡ ਸੀ ਭਾਰਤੀ ਮੂਲ ਕਾਰਡ ਦਾ ਵਿਅਕਤੀ ਪਰਸਨ ਆਫ ਇੰਡੀਅਨ ਆਰਗਨ ਕਾਰਡ ਯਾਨੀ ਕਿ ਭਾਰਤ ਦੇ ਜਿਹੜੇ ਮੂਲ ਨਿਵਾਸੀຊੋਂ ਨੂੰ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਦੇ ਜਿਹੜੇ ਦੋ ਕਾਰਡ ਸੀ ਉਹ ਜਾਰੀ ਕੀਤੇ ਜਾਂਦੇ ਸੀ ਫਿਰ ਇਹਨਾਂ ਕਾਰਟਾਂ ਨੂੰ ਭਾਰਤ ਸਰਕਾਰ ਨੇ ਕਿਹਾ ਵੀ ਇਹ ਕਾਰਡਨ ਦੋ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਇੱਕ ਹੀ ਤਰ੍ਹਾਂ ਦਾ ਜਿਹੜਾ ਕਾਰਡ ਹੋਣਾ ਚਾਹੀਦਾਗਾ ਇਸ ਕਰਕੇ POI ਅਤੇ OCI ਕਾਰਡ ਨੂੰ ਇੱਕ ਦੂਜੇ ਨਾਲ ਸਮਿਲਿਤ ਕਰ ਦਿੱਤਾ ਗਿਆ ਸੀ ਅਗਲਾ ਹੈ ਨਾਗਰਿਕਤਾ ਸੁਸ਼ੋਧਨ ਐਕਟ 2019 ਇਸ ਦੇ ਸਬੰਧ ਦੇ ਵਿੱਚ ਜਿਹੜਾ ਬਿੱਲ ਪਹਿਲਾਂ ਪੇਸ਼ ਕੀਤਾ ਗਿਆ ਸੀ ਉਹ ਦੁਬਾਰਾ ਕੀਤਾ ਗਿਆ ਸੀ 2016 ਦੇ ਵਿੱਚ ਪਰ ਕਿਸ ਕਈ ਕਾਰਨਾ ਕਰਕੇ ਪਾਸ ਨਹੀਂ ਹੋ ਸਕਿਆ ਸੀ ਇਸ ਦੇ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਆਪਾਂ ਇਸ ਨੂੰ ਡਿਟੇਲ ਦੇ ਨਾਲ ਪੜਾਂਗੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ